ਕਰ ਦਿੰਦਾ ਹੋਈ ਆ ਮੀਂਹ ਪੈ ਗਿਆ ਉਦੋਂ ਬਾਅਦ ਆ ਕਰਾਹ ਲਾ ਦੇਣਾ ਇਹ ਤੇ ਫਿਰ ਉਹ ਦੂਜਾ ਚੱਲਦਾ ਸੀ ਨਾ ਮੈਂ ਕਹਿੰਦਾ ਮੂਹਰੇ ਤੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅਤੇ ਪਿੱਛੇ ਤੁਸੀਂ ਸਾਰੇ ਆਪਣੇ 855 ਵਾਲੇ ਅਤੇ ਧਾਕਰ ਵਾਲੇ ਜਾਂ ਹੋਰ ਨਾਨਕ ਸ਼ਹਿਰ ਜਿੱਥੇ ਜਿੱਥੇ ਵੀ ਗਏ ਆਪਾਂ ਸਾਰੀਆਂ ਤੁਸੀਂ ਵੀਡੀਓ ਦੇਖੀਆਂ ਅਤੇ ਲਾਈਕ ਸ਼ੇਅਰ ਕਮੈਂਟ ਵੀ ਕੀਤਾ ਅਤੇ ਜਿਹੜੇ ਨਵੇਂ ਭਰਾ ਚੈਨਲ ਦੇਖਦੇ ਆ ਜਾਂ ਵੀਡੀਓ ਦੇਖਦੇ ਆ ਅਤੇ ਉਹ ਵੀ ਲਾਈਕ ਸ਼ੇਅਰ ਕਮੈਂਟ ਅਤੇ ਕਰਿਆ ਕਰੋ ਅਤੇ ਇੰਸਟਾ ਆਈਡੀ ਹੁਣ ਥੱਲੇ ਆਪਣੀ ਡਿਸਕ੍ਰਿਪਸ਼ਨ 'ਚ ਦਿੱਤੀ ਹੁੰਦੀ ਆ ਅਤੇ ਅੱਜ ਆਪਾਂ ਗੱਲ ਕਰਦੇ ਹਾਂ 911 ਪੁਰਾਣੇ ਖੁੰਡ ਦੀ ਮੂਸੇ ਵਾਲੇ ਦੀ ਲਾ ਲਓ ਚਾਹੇ ਅਤੇ ਇਵੇਂ ਆ ਮਗਰ ਆਪਣਾ ਦੇਖੀਏ ਤੁਸੀਂ ਸਾਰਾ ਖੋਲਿਆ ਪਿਆ ਗਾ ਅਤੇ ਹੁਣ ਇਹਦਾ ਧੁਰ ਤੋਂ ਧੁਰ ਆਪਾਂ ਕੰਮ ਕਰਨਾ ਗਾ A to Z ਅਤੇ ਜਾਂਦੀ ਜਮ੍ਹਾਂ ਹੀ ਬਣਾ ਦੇਣਾ ਮੂਸੇ ਵਾਲੇ ਦੀ ਕਾਪੀ ਜਮ੍ਹਾਂ ਜਾਂਦੀ ਹੋ ਸਕੇ ਉਦੋਂ ਵਧੀਆ ਬਣਾਵਾਂਗੇ ਜਾਣਦੀ ਆਪਣਾ ਤਾਂ ਉੱਨਾ ਕੀ ਬਣਾਵਾਂਗੇ ਅਤੇ ਬਾਕੀ ਬਣਾਵਾਂਗੇ ਉਹਨੂੰ ਜਮ੍ਹਾਂ ਟਕਾ ਟਕਾ ਕੇ ਹੌਲੀ 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 ਬਸ ਜੌਂਜ ਨਾਲੇ ਤਸੱਲੀ ਕਰਾਵਾਂਗੇ ਬਾਕੀ ਤੁਸੀਂ ਦੇਖੋ ਅੱਗੇ ਵੀਡੀਓ ਦੇ ਵਿੱਚ ਇਹਦਾ ਕੀ ਹੋਣ ਵਾਲਾ ਮਿਸਤਰੀ ਸਾਹਿਬ ਸਾਡੇ ਕੋਲ ਖੜ੍ਹੇ ਆ ਤੁਹਾਡੇ ਕਰਾਉਣੇ ਆ ਗੱਲਬਾਤ ਮੈਂ ਗੱਲ ਦੱਸ ਵੀ ਕਿੰਨਾ ਟਾਈਮ ਲੱਗੂ ਤਿਆਰ ਹੋਣ ਨੂੰ ਆਹ ਫੋਰਮੈਨ ਖੜਾ ਮਿਸਤਰੀ ਹੁਣ ਇੱਕ ਤਾਂ ਇਹਦੀ ਘਾਟ ਆ ਅੱਛਾ ਆਹ ਮਿਸਤਰੀ ਦੀ ਘਾਟ ਆ ਇਹ ਤਾਂ ਹੁਣ ਆਪਦਾ ਨਾਪਾਂ ਨੂੰ ਉੱਪਰ ਜਾ ਲੈ ਲਿਆ ਉਹਦੇ ਸ਼ੈ ਸੂਜਾ ਕਾਹਦਾ ਲਿਆ ਸ਼ੈ ਉਹਦਾ ਵੀਡੀਓ ਦਾ ਕਾਹਦਾ ਕਰੰਕਾ ਦਾ ਆਹ ਬੈਰਿੰਗ ਸੀਗਾ ਅੱਛਾ ਸਾਰੇ ਬਸ ਬਸ ਪਾਉਣੇ ਇਹਦੇ ਨਵੇਂ ਲੱਗਣਗੇ ਬਸ ਮਾਲ ਤਾਂ ਰਹਿ ਜਾਊਗਾ ਨਾ ਇੱਥੇ ਇਹਨੇ ਇਹਦੇ ਮਾਲ ਦਾ ਨਾ ਇੱਕ ਬਹੁਤ ਲੱਗ ਰਿਹਾ ਫਿਰ ਢਿੱਲ ਲਗਾ ਦੀ ਇਹਦੀ ਇਹਨੇ ਇਹ ਰੰਦਰ ਵਾਲੀ ਜੀ ਇਹਦਾ ਬੈਰਿੰਗ ਨਵਾਂ ਬੈਰਿੰਗ ਨਵਾਂ ਪੈ ਜੂ ਤੇ ਨਾਲੇ ਆ ਵੀ ਪੰਪ ਜਿੰਨਾ ਧੂਮਣ ਵਾਲਾ ਸਾਰਾ ਥੱਲੋਂ ਇਹ ਤਾਂ ਕੱਢ ਗਿਆ ਪੰਪ ਲਾ ਕੇ ਲੈਫਟ ਪੰਪ ਇਹਦਾ ਲਾ ਕੇ 4x4 ਕਰਨਾ ਨਹੀਂ ਨਹੀਂ 4x4 ਉੱਥੇ ਹੀ ਲੱਗਦਾ ਹੁੰਦਾ ਗੇਰੇ ਦੇ ਅੱਛਾ ਮੈਂ ਇੱਥੇ ਵੀ ਇਹਦੇ ਆ ਰਕੜੂਚੂ ਜਾਏਗਾ ਮਗਰ ਇਹਦੀ ਹੁੱਕ ਹੁੰਦੀ ਜਿਹੜੀ ਇਹ ਕਹਿੰਦਾ ਬਈ ਵੀ ਨਾ ਨਵੇਂ ਨਿਊ ਹੋਲੈਂਡ ਦੀ ਹੁੱਕ ਹੁੰਦੀ ਆ ਹਾਂ ਇੱਥੋਂ ਹੁੱਕ ਪੈਂਦੀ ਆ ਉਹਦੇ ਵਿੱਚ ਪੱਤਰੀਆਂ ਵਾਲੀ ਹੁੱਕ ਇੱਥੇ ਪੈਂਦੀ ਹੁੰਦੀ ਆ ਠੀਕ ਆ ਇਹ ਤਾਂ ਹੁਣ ਲੈਫਟ ਪੰਪ ਲਾ ਕੇ ਇਹਦੀ ਜਾਲੀ ਨਵੀਂ ਲਾਉਣੀ ਆ ਹਾਂ ਆ ਫਿਲਟਰ ਨਵਾਂ ਪਾ ਦੇਣਾਗਾ ਵਿੱਚ ਸਾਫ਼ ਸਫਾਈ ਕਰਕੇ ਹਾਂ ਬਾਕੀ ਸਮਾਨ ਤਾਂ ਝੱਗਾ ਚੁਣੀ ਦਾ ਉੱਥੇ ਪਿਆ ਹੈਗਾ ਅੱਛਾ ਘਰੇ ਪਿਆ ਨਾ ਨਾ ਉਹਦਾ ਬਰਨਾਲੇ ਪਿਆ ਅੱਛਾ ਆ ਟਾਇਰ ਲਾ ਕੇ ਟਾਇਰ ਸੀ ਤੇ ਲਿਆਂਦੇ ਪਏ ਆ ਟਾਇਰ ਰੇਡੀਅਲ ਹੀ ਲਿਆਂਦੇ ਆ ਮੈਂ ਕਹਿੰਦਾ 16 ਦੇਣਾ ਤੂੰ ਉਹ ਹੁਣ ਯਾਰ ਪਤਾ ਨਹੀਂ ਕਿਹੜੇ ਆਗੇ ਜਗ੍ਹਾ ਲੈ ਕੇ ਆਇਆ ਹਾਂ ਹੁਣ ਬਸ ਫੋਰਮੈਨ ਦੀ ਘਾਟ ਆ ਯਾਰ ਉਹਨਾਂ ਵਿੱਚੋਂ ਧੋਣਾ ਧਾਨਿਆ ਕੱਢ ਲਵਾਂ ਇਹਨੂੰ ਇੱਕ ਮੇਰਾ ਆ ਪਾਣੀ ਪੂਣੀ ਜਮਾ ਕਹਿੰਦਾ 3-4 ਦਿਨ ਤਾਂ ਖੋਲ ਉਹਦਨੇ ਖੋਲਿਆ ਹੀ ਹਨਾ 3-4 ਦਿਨ ਤਾਂ ਹੋਈ ਆ ਮੀਂਹ ਪੈ ਗਿਆ ਉਦੋਂ ਬਾਅਦ ਆ ਕਰਾਹ ਲਾ ਦੇਣਾ ਇਹ ਤੇ ਫਿਰ ਉਹ ਦੂਜਾ ਚੱਲਦਾ ਸੀ ਹਨਾ ਮੈਂ ਕਹਿੰਦਾ ਮੂਹਰੇ ਤੂੰ ਪੂਜਾ ਹਨਾ ਉਹ ਲਾ ਲੈਣਾ ਉਹ ਲਾ ਦੇਣਾ ਉਹ ਲਾ ਕੇ ਹੁਣ ਇਹਨੂੰ ਚਲਾਉਣਾ ਰੇਕ ਤੇ ਰੇਕ ਤੇ ਇਹਦੇ ਟਾਇਰ ਹੀ ਫਿਰ ਤਾਂ ਮੂਹਰੇ 1116 ਦੀ ਲਿਆ ਕੇ ਪਾਈ ਰੇਡੀ ਵਾਲੀ ਟਾਇਰ ਜਿਹੜੇ ਜਿੰਨੇ ਰੱਖਾਂਗੇ ਆਪਾਂ ਟਾਇਰ ਜਿੰਨੇ ਨਹੀਂ ਰੱਖ ਲੈਣੇ ਆ ਜਾਂ ਉਹ ਗੁੱਡੀ ਵਾਲੇ ਪਾ ਦੇਣੇ ਨਾੜੇ ਕਰਨ ਦੇ ਪਾਏ ਪਏ ਸੀਗੇ ਉਹ ਵੀ ਘੈਂਟ ਲੱਗਦੇ ਨੇ ਉਹ ਟਾਇਰ ਪਏ ਆ ਕਿ ਲੱਭਾ ਫਿਰ ਉਹੀ ਪਾ ਦੇਣੀ ਫਿਰ ਲੱਭਣ ਨੂੰ ਕਿਹੜਾ ਕੀੜੀ ਆ ਉਹੀ ਕਾਹ ਦੀ ਨਾਲੇ ਸੋਹਣੇ ਦਾ ਟ੍ਰੈਕਟਰ ਢੂਸ ਲੱਗਦਾ ਹੈ ਬਸ ਮੂਰੇ ਤਾਂ ਇੰਜਨ ਦਾ ਕੱਲਾ ਇੱਕ ਇਹਦਾ ਡੀਜ਼ਲ ਪੰਪ ਦਿਖਾਉਣਾਗਾ ਠੀਕ ਆ ਬਾਕੀ ਇੰਜਨ ਉਂਜਣ ਦਾ ਜਮਾ ਸੁੱਕਾ ਪਿਆ ਨਹੀਂ ਟ੍ਰੈਕਟਰ ਇੰਜਨ ਕਰੇ ਤਾਂ ਹੈਗਾ ਸਹੀ ਇਹ ਹੂੰ ਉਦੋਂ ਬਾਅਦ ਫਿਰ ਬਰਨਾਲੇ ਲਿਆ ਇਹ ਹੈ ਕਿੰਨੇ ਮਾਡਲ ਆ ਜਾ ਟ੍ਰੈਕਟਰ ਇਹ ਮਾਡਲ ਆ 2000 2000 ਮਾਡਲ ਇਹਨੂੰ ਟ੍ਰੈਕਟਰ ਉੱਟਰ ਜਮਾ ਸੁੱਕਾ ਪਿਆ ਯਾਰ ਇਹ ਟ੍ਰੈਕਟਰ ਚੱਲਿਆ ਨਾ ਨਗਰ ਕੌਂਸਲ ਦਾ ਟ੍ਰੈਕਟਰ ਹਾਂ ਇਹ ਚੰਡੀਗੜ੍ਹ ਨੰਬਰ ਆ ਪੰਜਾਬ ਚ ਹੋ ਸਕਦਾ ਟ੍ਰੈਕਟਰ ਹੋਰ ਵੀ ਹੋਣ ਪਰ ਮੇਰੇ ਮਨ ਚ ਨਹੀਂ ਹੈਗਾ ਚੰਡੀਗੜ੍ਹ ਨੰਬਰ ਲੈਨੇ ਅਜਰ ਨਾ ਜਲਾ ਵੀ ਹੋਰ ਸਾਰਾ ਕੋ ਹੈਡ ਰੋ ਜਮਾ ਹਨ ਸੁੱਕਾ ਪਿਆ ਹਨ ਨਾ ਮੈਂ ਇੰਜਣ ਨੂੰ ਪਿਆ ਜਮਾ ਨਾ ਬਣਾ ਦੇਾਂਗੇ ਨਵਾਂ ਕੋਈ ਨਹੀਂ ਹਫਤੇ ਤੱਕ ਆਪਾਂ ਜਾਣ ਦੀ ਜਮਾ ਮੂਸੇ ਵਾਲੇ ਨੂੰ ਬਣਾ ਦੇਣਾ ਪਹਿਲੀ ਵਾਰ ਇੰਟਰ ਖੋਲਿਆ ਅਜੇ ਤੱਕ ਰਹਿ ਪਹਿਲੀ ਵਾਰੀ ਤਿੰਨ ਸਾਲ ਦਾ ਮੈਂ ਕਹਿੰਦਾ ਤੈਨੂੰ ਹੀ ਲੈਂਦੇ ਨੂੰ ਹੋ ਗਏ ਹਨਾ ਆਪਾਂ ਨਾ ਅਸੀਂ ਲੌਕਡਾਊਨ ਤੋਂ ਇੱਕ ਦਿਨ ਪਹਿਲਾਂ 22 ਮਾਰਚ ਨੂੰ ਲੌਕਡਾਊਨ ਲੱਗਿਆ ਹਾਂ 2019 ਚ ਲੈਂਦਾ 20 ਚ ਲੈਂਦਾ ਜੀ 20 ਚ ਆਪਾਂ ਲੈ ਆਏ ਇਹ 20 ਮਾਰਚ ਨੂੰ ਲੈਂਦਾ ਹਾਂ 22-23 ਨੂੰ ਲੌਕਡਾਊਨ ਲੱਗਿਆ ਜੀ ਬਗਰੋਂ ਤੀਜਾ ਸਾਲ ਚੱਲਦਾ ਚੰਡੀਗੜ੍ਹੋਂ ਲਿਆਂਦਾ ਸੀ ਆਪਾਂ ਤੀਜਾ ਸਾਲ ਚੱਲਦਾ ਤੀਜਾ ਸਾਲ ਪਤਾ ਹੁਣ ਇਹਦਾ ਕਰਾਉਨੇ ਆ ਉਦੋਂ ਆਦਾ ਲਿਆ ਕੇ ਵੀ ਕਹਿੰਦਾ ਕਾਫੀ ਚਰਾ ਲਿਆ ਕਰਾ ਕਰੂ ਤੇ ਕੀ ਲਟਰਾਂ ਪਟਰਾਂ ਛੱਡੀ ਹੀ ਨਹੀਂ ਕੁਛ ਆ ਪਰਲਾ ਟਾਇਰ ਜੀਸੀਬੀ ਆ ਠੋਕਿਆ ਪਿਆ ਇਹ ਇਹਦਾ ਟਾਇਰ ਪਾੜ ਗਿਆ ਸੀ ਫਿਰ ਜੀਸੀਬੀ ਦਾ ਲਾ ਕੇ ਪਾਤਾ ਜੀਸੀਬੀ ਦਾ ਟਾਇਰ ਤਾਂ ਲਾ ਦੇਣੇ ਆ ਤਾਂ ਹੁਣ ਦੋਨੇ ਠੀਕ ਆ ਜਾਂਦੀ ਧੁਰ ਤੋਂ ਧੋਰੀ ਕੰਮ ਕਰ ਦੇਣਾ ਸਾਰਾ ਜਾਂਦੀ ਹੁਣ ਰੰਗ ਰੁੰਗ ਵੀ ਕਰਾ ਦੇਣਾ ਰੰਗ ਆਪਾਂ ਐ ਨਹੀਂ ਰੰਗ ਸਾਰਾ ਬਾੜਨ ਕੇ ਚੱਲ ਵੀ ਵਾਢਿਓ ਲਾ ਰੰਗ ਨਹੀਂ ਕਰਾਉਣਾ ਨਹੀਂ ਜਾਂਦੀ ਪਹਿਲਾਂ ਕੇਰਾ ਜਿਹੜਾ ਇੰਜਨ ਉਂਜਨ ਵਾਲਾ ਇਹਨੂੰ ਜੈਨ ਨੂੰ ਰੱਖਣਾ ਇਹਦੇ ਫੁਹਾਰੇ ਮਰਾ ਦੇਣੇ ਆਪਾਂ ਠੀਕ ਬਾਕੀ ਦਾ ਇਹਦਾ 100 ਮਗਰਾ ਟੈਂਕੀ ਹਾਂ ਉਹ ਬਰਨਾਲੇ ਰੱਖਿਆ ਹੈ ਉਹਦਾ ਜਮਾ ਪਏ ਆ ਨਵੇਂ ਅਰਗੀ ਤਿਆਰ ਕਰਤੇ ਉਹਨੇ ਉਹਦੇ ਐ ਹੈਗੇ ਸਹੀ ਉਹ ਹਾਂ ਉਹ ਤਾਂ ਮਾੜੇ ਮੋਟੇ ਬਸ ਮਗਰਾੜਾਂ ਦੀ ਡੈਂਟਿੰਗ ਜੀ ਸੀਗੀ ਟੁੱਟ ਭੰਨੇ ਭੱਜ ਹੋਈ ਵੀ ਟੁੱਟ ਭੰਨੇ ਮਾੜੀ ਮੋਟੀ ਸੀਗੀ ਜਿੱਥੇ ਕਿਤੇ ਸੰਕਟ ਵਾਲਾ ਲੱਗਦਾ ਸੀਗਾ ਬਾਕੀ ਤਾਂ ਸਹੀ ਸੀ ਉਹ ਠੀਕ ਆ ਠੀਕ ਆ ਹਾਂ ਤੇ ਫਿਰ ਡਾਰਵੋਡ ਰੂਪ ਵੀ ਲਾ ਦੇਣੀ ਆ ਕਿ ਨਹੀਂ ਕੋ ਗਾਹਾਂ ਹੀ ਦੱਸਾਂਗੇ ਗਾਹਾਂ ਪਾ ਮੌਕੇ ਤੇ ਦੱਸਾਂਗੇ ਠੀਕ ਆ ਉਹ ਜਾਂਦੀ ਕਰ ਦੇਣਾ ਜਿਵੇਂ ਮੂਸੇ ਵਾਲੇ ਨੂੰ ਤਿਆਰ ਪੈਟ ਕਰ ਦੇਣਾ ਮਾਂਪੁਰੀ ਵੀ ਤਾਂ ਮੂਹਰੇ ਦੂਜਾ ਲੱਗੇ ਦੁਆਬਾ ਏਰੀਆ ਦੂਜਾ ਵੱਡਾ ਮਾੜਾ ਜਾ ਦੇਖਦੇ ਆ ਕੀ ਆ ਬਜਟ ਦੱਸੂ ਬਜਟ ਦੱਸੂ
ਪਹਿਲਾਂ ਤਾਂ ਇਹਦੀ ਚੱਲਦਾ ਕਰਨਾ ਇਹਨੂੰ ਪੂਰਾ ਵਧੀਆ ਇੰਜਨ ਦਾ ਕੰਮ ਕਰਨਾ ਫੇਰ ਦੇਖਾਂਗੇ ਡੈਂਟਿੰਗ ਪੇਂਟਿੰਗ ਦਾ ਬੇਲਰ ਤੇ ਲਾ ਕੇ ਵੀ ਸੀਜ਼ਨ ਲਾ ਗਈ ਬੇਲਰ ਦਾ ਹੁਣ ਕਿਉਂ ਕੰਮ ਬੇਲਰ ਦਾ ਰੁਪਈਏ ਰੁਪਈਏ ਤੇ ਲੱਗ ਜਾਣੇ ਆ ਹਾਂ ਤੋਂ 15 16 ਲੱਖ ਵੀ ਇਹ 2.5 ਲੱਖ ਦਾ ਲੱਗ ਹੀ ਜਾਊਗਾ ਟ੍ਰੈਕਟਰ ਤੇ ਜੀ ਇਹਨੂੰ ਫੁੱਲ ਕਰਨਾ ਬੜੇ ਆਰਾਮ ਨਾਲ ਬੜੇ ਆਰਾਮ ਨਾਲ ਇੰਜਨ ਉਂਜਣ ਦੇ ਬੜੇ ਨਾਲ ਲੱਖ ਰੁਪਏ ਨੂੰ ਖਰਚਾ ਆਈ ਜਾਊ ਨਾ ਹੁਣ ਇਹ ਇੰਜਨ ਤਾਂ ਸਹੀ ਆ ਮਗਰੋਂ ਮਗਰੋਂ ਸਾਰਾ ਮੰਨ ਕੇ ਚੱਲ ਗੇਅਰ ਟੋਟਲੀ ਹੋ ਜਾਣਾ ਇਹਦਾ ਬੀਡੀ ਕੱਚ ਫੋਰ ਮੈਨੂੰ ਇਹ ਗੱਲ ਕਹੀ ਆ ਵੀ ਕੋਈ ਗੱਲ ਨਹੀਂ 2 ਦਿਨ ਹੋਰ ਖੜਾ ਰਹੂ ਕੁਛ ਨਹੀਂ ਹਾਂ ਹਾਂ ਜਿਹੜਾ ਕੱਚ ਪੱਚ ਨਾ ਰਹੇ ਠੀਕ ਪਹਿਲੇ ਤਾਂ ਮੈਨੂੰ ਐ ਲੱਗਦਾ ਵੀ 2-3000 ਧੋਣ ਵਾਲਾ ਲੱਗੂਗਾ ਇਹਨੂੰ ਜਦੋਂ ਧੋਆਇਆ ਆਹ ਥਲੇ ਇਹਨਾਂ ਗਾਰਾ ਚੜਿਆ ਪਿਆ ਯਾਰ ਕੋਈ ਨਾ ਹੁਣ ਜਿਹੜਾ ਫੋਰਮੈਨ ਆ ਗਿਆ ਫੇਰ ਤੁਹਾਨੂੰ ਦਿਖਾਵਾਂਗੇ ਉਹਦੇ 'ਚ ਵੀ ਅੱਗੇ ਕੀ ਹੁੰਦਾ ਇਹਦਾ ਕੰਮ ਕੀ ਨਹੀਂ ਹੁੰਦਾ ਅਤੇ ਜਾਂਦੇ ਹਾਲੇ ਤਾਂ ਆਲਮੋਸਟ ਖੋਲ੍ਹ ਕੇ ਰੱਖਤਾ ਸਾਰਾ ਅਤੇ ਹੁਣ ਫੋਰਮੈਨ ਇਹਦਾ ਨਾਪਾ ਨੂਪਾ ਜਿਹਾ ਲੈ ਗਿਆ ਜਿਹੜੇ ਜਿਹੜੇ ਚੀਜ਼ ਇਹਦੀ ਹੋਣ ਵਾਲੀ ਆ ਖਰਾ ਦੀ ਇਹਦੀ ਹੁਣ ਇਹ ਕਰਨਗੇ ਮਿਸਤਰੀ ਕਹਾਂ ਫੋਰਮੈਨ ਜੀ 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 ਹਾਂਜੀ 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 ਨਾਮ ਦੱਸ ਦਿਓ ਤੁਹਾਡਾ ਨਾਲੇ ਤਾਂ ਨੰਬਰ ਦੱਸ ਦਿਓ ਜੇ ਕਿਸੇ ਨੇ ਕੰਮ ਕਰਾਉਣਾ ਟਰੈਕਟਰ ਦਾ ਜਾਂ ਕੁਛ ਵੀ ਕਰਾਉਣਾ ਗਾ ਖਰਾਦ ਦਾ ਕੰਮ ਤੁਹਾਡੇ ਕੋਲ ਆ ਸਕਦਾ ਨਾ ਜੀ ਜੀ ਬਿਲਕੁਲ ਲੋਟ ਵੱਧੀ ਹੈ ਨਾ ਤੁਹਾਡੀ ਦੁਕਾਨ ਹਾਂਜੀ ਹਾਂਜੀ ਬਾਈ ਠੀਕ ਆ ਲੋਟ ਹੀ ਹੈ ਨਾ ਜਿਹੜੇ ਉਹ ਬਾਰ ਬਾਰ ਹੈਪੀ ਲੋ ਇਹ ਕਿਹੜਾ ਜੁਪੀ ਵਾਲਾ ਬਿਹਾਰੀ ਵਾਲਾ ਨਹੀਂ ਕੰਮ ਤਾਂ ਲੋਟਰੀ ਦੁਕਾਨ ਤੇ ਹੀ ਕਰਦਾ ਹੈ ਦੁਕਾਨ ਤੇ ਕਰਦਾ ਹੈ ਬਿਹਾਰੀ ਹੈ ਬਿਹਾਰੀ ਆ ਯੂਪੀ ਬਿਹਾਰ ਕਾ ਬਿਹਾਰ ਕਾ ਜਾਂਦੇ ਕੰਮ ਲੋਟਰੀ ਦੁਕਾਨ ਤੇ ਕਰਦਾ ਹਾਂਜੀ ਬਸ ਠੀਕ ਹੈ ਜਾਂ ਤਸੱਲੀ ਕਰ ਦੇਗਾ ਨਾੜੇ ਕਰਨ ਦੀ ਜਮਾ ਹਾਂਜੀ ਹਾਂਜੀ ਮੂਸੇ ਵਾਲ ਨੂੰ ਤਾਂ ਜਾਣਦੀ ਆ ਤੂੰ ਜੀ ਜੀ ਬਸ ਉਹਦੇ ਟ੍ਰੈਕਟਰ ਨੂੰ ਤਿਆਰ ਕਰਨਾ ਆਪਾਂ ਠੀਕ ਹੈ ਲਓ ਜੀ ਤੁਹਾਨੂੰ ਦਿਖਾਵਾਂਗੇ ਬਾਕੀ ਜੋ ਜੋ ਅੱਗੇ ਕੰਮ ਹੋਈ ਜੀ ਨਾੜੇ ਕਰਨ ਦਾ ਅੱਗੇ ਅੱਗੇ ਵੀਡੀਓ ਦੇ ਵਿੱਚ ਦਿਖਾਈ ਜਾਵਾਂਗੇ ਬਸ ਲਾਈਕ ਸ਼ੇਅਰ ਕਮੈਂਟ ਕਰਿਓ ਅਤੇ ਹੁਣ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਾਰੇ ਹੁਣ ਤੁਸੀਂ ਸਾਰੀ ਮਿਸਤਰੀ ਦੀ ਗੱਲ ਸੁਣ ਲਈ ਅਤੇ ਜਿਹੜਾ ਟਰੈਕਟਰ ਮੁੰਡੇ ਨੇ ਤਿਆਰ ਕਰਾਉਣਾ ਚਾਚਾ ਲੱਗਦਾ ਆਪਣਾ ਜਾਣੀ ਦੀ ਅਤੇ ਪਹਿਲਾਂ ਵੀ ਉਹਨਾਂ ਕੋਲ ਜਾਂਦੀ ਨਾੜ ਗਿਆ ਰਹੀ ਨੇ 2-3 ਰੱਖੇ ਹੋਏ ਜਾਂ ਉਹ ਸਿੰਪਲ ਆ ਰੱਖੇ ਵੀ ਨੇਵੇਂ ਆਮ ਹੁੱਡ ਹੁੱਡ ਲਾ ਕੇ ਸੈਸਟ ਸੁਸਟਮ ਲਾਇਆ ਵਾ ਜਾਂ ਮਾਂਪਰ ਮੂੰਪਰ ਲਾ ਕੇ ਨੋਰਮਲ ਰੱਖੇ ਹੋਏ ਕਿਉਂਕਿ ਭਰਤ ਦਾ ਵੀ ਯਾਰ ਕੰਮ ਕਰਦੇ ਨੇ ਅਤੇ ਬਾਕੀ ਲੇਜ਼ਰ ਲੂਜ਼ਰ ਕਰਾ ਦਾ ਅਤੇ ਬਾਕੀ ਮੱਕੀ ਮੁੱਕੀ ਦਾ ਵੀ ਅਚਾਰ ਅਚੂਰ ਪਾਉਂਦੇ ਆ ਅਤੇ ਹੁਣ ਬੇਲਰ ਲਿਆਂਦਾ ਅਤੇ ਉਹਦੇ ਨਾਲ ਇਹ ਤੋਂ ਕੰਮ ਲੈਣਗੇ ਨਾੜ ਗਿਆਰਾਂ ਤੋਂ ਅਤੇ ਬਾਕੀ ਤੁਸੀਂ ਸਾਰਾ ਦੇਖ ਹੀ ਲਿਆ ਵੀ ਕਿਵੇਂ ਤੋਂ ਕਿਵੇਂ ਟਰੈਕਟਰ ਨੇ ਤਿਆਰ ਹੋਣਾ ਅਤੇ ਬਾਕੀ ਤੁਹਾਨੂੰ ਅੱਗੇ ਅੱਗੇ ਰੂਬਰੂ ਕਰਾਵਾਂਗੇ ਟਰੈਕਟਰ ਜਿਉਂ ਜਿਉਂ ਬਣੀ ਜਾਊਗਾ ਅਤੇ ਹਾਲੇ ਤਾਂ ਆਲਮੋਸਟ ਇੰਨਾ ਕੀ ਜਾਣ ਦੀ ਮਿਸਤਰੀ ਦਾ ਜਾਂ ਖਰਾਦੀ ਦਾ ਮਾੜਾ ਮੋਟਾ ਕੰਮ ਹੋਊਗਾ ਅਤੇ ਹਾਲੇ ਮਿਸਤਰੀ ਹੈ ਨਹੀਂਗਾ ਫੋਰਮੈਨ ਅਤੇ 5-10 ਦਿਨ ਤਾਂ ਯਾਰ ਇਹਨੂੰ ਖੋਲ੍ਹਿਆ ਨਹੀਂ ਹੋ ਗਏ ਅਤੇ ਬਾਕੀ ਤੁਸੀਂ ਅੱਗੇ ਜਿਉਂ ਜਿਉਂ ਤਿਆਰ ਹੋਈ ਜਿਉਂ ਜਿਉਂ ਤੁਹਾਨੂੰ ਇਕੱਲੀ ਇਕੱਲੀ ਚੀਜ਼ ਦਿਖਾਵਾਂਗੇ ਅਤੇ ਇਕੱਲੇ ਇਕੱਲੇ ਦੀ ਆਪਾਂ ਤੁਹਾਨੂੰ ਨੌਲੇਜ ਦੇਵਾਂਗੇ ਅਤੇ ਦੱਸਾਂਗੇ ਵੀ ਆਹ ਚੀਜ਼ ਇੱਥੋਂ ਪਵਾਈ ਅਤੇ ਵੀ ਇਹ 'ਤੇ ਇੰਨਾ ਖਰਚਾ ਆ ਵੀ ਐਂ ਕਰਕੇ ਇੱਥੋਂ ਤੁਸੀਂ ਕਰਾਓ ਤਾਂ ਵਧੀਆ ਹੋਊ ਜਾਂ ਨਹੀਂ ਵਧੀਆ ਹੋ ਸਕਦਾ ਸਾਰਾ ਕੁਝ ਦੱਸਾਂਗੇ ਅੱਗੇ ਵੀਡੀਓ ਦੇ ਵਿੱਚ ਅਤੇ ਬਾਕੀ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਹੁਣ ਦਿਓ ਇਜਾਜ਼ਤ ਧੰਨਵਾਦ ਬਾਏ ਬਾਏ Oh, 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 oh